ਫਰੀਦਕੋਟ ਪੁਲਿਸ ਨੇ ਰਾਈਆਂਵਾਲ ਰੋਡ ਤੇ ਬਣੀ ਡਰੇਨ ਚੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਪ੍ਰੈਸ ਵਾਰਤਾ ਦੌਰਾਨ SSP ਫਰੀਦਕੋਟ ਰਾਜਬਚਨ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਦਵਾਈਆਂ ਵਿੱਚ 38,275 ਨਸ਼ੀਲੀਆਂ ਗੋਲੀਆਂ, 712 ਨਸ਼ੀਲੇ ਕੈਪਸੂਲ, 425 ਨਸ਼ੀਲੇ ਟੀਕੇ ਅਤੇ 9,300 ਮੱਝਾਂ ਨੂੰ ਲਗਾਉਣ ਵਾਲੇ ਟੀਕੇ ਸ਼ਾਮਲ ਹਨ। ਪੁਲਿਸ ਨੇ ਇਸ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਨਯੋਗ CM ਸਾਹਿਬ ਤੇ DGP ਸਾਹਿਬ ਦੇ ਆਦੇਸ਼ਾਂ ਦੇ ਹਿਸਾਬ ਨਾਲ ਜਿਹੜੀ ਸਾਡੀ ਡਰਾਈਵ ਚੱਲ ਰਹੀ ਹੈ ਨਸ਼ਿਆਂ ਦੇ ਖਿਲਾਫ, ਉਹਦੇ ਤਹਿਤ ਅਸੀਂ ਕਾਫੀ ਰੇਡ ਇੱਕ ਕਾਸੋ ਕਰਕੇ ਸਾਡੀ ਹੁਣ ਫਾਰਮ ਬਣਾਈ ਹੋਈ ਹੈ ਕੋਆਰਡੀਨੇਟ ਸਰਚ ਆਪਰੇਸ਼ਨ, ਉਹਨਾਂ ਦੇ ਚੱਲਦੇ ਇਹ ਕਾਫੀ ਸਾਨੂੰ ਇਨਫੋਰਮੇਸ਼ਨ ਆਈ ਇੱਕ ਵੱਡੀ ਮਾਤਰਾ 'ਚ। ਸਾਡਾ ਸੇਮ ਨਾਲਾ ਹੈਗਾ ਇੱਥੇ ਫਰੀਦਕੋਟ ਦੇ ਨਾਲ, ਸਾਨੂੰ ਦੱਸਿਆ ਗਿਆ ਕਿ ਉੱਥੇ ਕਿਸੇ ਨੇ ਇੱਥੇ ਕਾਫੀ ਵੱਡੀ ਮਾਤਰਾ 'ਚ ਡੰਪ ਕੀਤੇ ਨੇ। ਸੋ ਸਾਡੀ ਟੀਮ ਨੇ ਜਿਹੜੀ ਸਾਡੀ ਐਂਟੀ ਨਰਕੋਟਿਕ ਸੈੱਲ ਸਾਡਾ ਬਣਿਆ ਹੋਇਆ ਹੈ DSP ਅਵਤਾਰ ਚੰਦ ਇਹਨਾਂ ਦੇ ਅੰਡਰ ਅਤੇ ਕੁਲਵੀਰ ਚੰਦ ਜਿਹੜੇ ਇੰਸਪੈਕਟਰ ਸਾਹਿਬ ਨੇ ਇਹਦੇ ਨਰਕੋਟਿਕ ਸੈੱਲ ਦੇ ਇੰਚਾਰਜ ਨੇ, ਸਾਡੇ ਜਿਹੜੇ ਮੁੰਡੇ ਨੇ ਵਿਕਰਮ ਕਾਂਸਟੇਬਲ ਅਤੇ ਹੋਰ ਸਾਰਿਆਂ ਨੇ ਬਹੁਤ ਮਿਹਨਤ ਨਾਲ ਕਾਫੀ ਘੰਟਿਆਂ ਦੀ ਮਿਹਨਤ ਦੇ ਨਾਲ ਨਾਲੇ ਦੇ ਵਿੱਚ ਅੰਦਰ ਵੜ ਕੇ ਗੰਦੇ ਪਾਣੀ ਦੇ ਵਿੱਚ ਜਾ ਕੇ ਇਹਨਾਂ ਨੇ ਪੂਰੀ ਮੁਸ਼ੱਕਤ ਦੇ ਨਾਲ ਇਹ ਸਾਰੀਆਂ ਕੱਢ ਕੇ ਲਿਆਉਂਦੀਆਂ ਨੇ ਔਰ ਇਹ ਇੱਕ ਵੱਡੀ ਪ੍ਰਾਪਤੀ ਹੈ। 38,000 ਤੋਂ ਉੱਤੇ ਨਸ਼ੀਲੀਆਂ ਗੋਲੀਆਂ ਨੇ ਔਰ ਤਕਰੀਬਨ 10,000 ਦੇ ਕਰੀਬ ਨਸ਼ੀਲੇ ਟੀਕੇ ਨੇ ਜਿਹੜੇ ਇੰਨੀ ਵੱਡੀ ਮਾਤਰਾ 'ਚ ਪਹਿਲੀ ਵਾਰੀ ਸ਼ਾਇਦ ਫੜੇ ਗਏ ਹੋਣਗੇ। ਸਾਡੇ ਡਿਸਟ੍ਰਿਕਟ 'ਚ ਤਾਂ ਇੰਨੀ ਵੱਡੀ ਮਾਤਰਾ 'ਚ ਨਸ਼ੀਲੇ ਟੀਕੇ ਕਦੇ ਪਹਿਲਾਂ ਨਹੀਂ ਕਦੇ ਫੜੇ ਗਏ। ਇਨਵੈਸਟੀਗੇਸ਼ਨ ਸਾਡੀਆਂ ਚੱਲ ਰਹੀਆਂ ਨੇ, ਇਸ ਸਟੇਜ 'ਤੇ ਅਸੀਂ ਜੋ FIR ਦਰਜ ਕੀਤੀ ਹੈ ਉਹ ਅਨਨੋਨ ਦੇ ਖਿਲਾਫ ਕੀਤੀ ਹੈ, ਪਰ ਇਹਦੇ ਸੋਰਸ ਨੂੰ ਅਸੀਂ ਜਲਦੀ ਲੱਭ ਲਾਂਗੇ ਅਤੇ ਜਿਹੜੇ ਇਹਦੇ ਮੁਲਜ਼ਮ ਨੇ ਉਹਨਾਂ ਨੂੰ ਅਸੀਂ ਕਾਨੂੰਨ ਦੇ ਹਵਾਲੇ ਕਰਾਂਗੇ ਜਲਦੀ।